गाइस जिवें तुहानू पता है कि आपां शॉर्ट वीडियोस लैके आने आ जिहदे विच आपां हर एक कॉन्स्टिट्यूशन दे उन्हां पार्ट्स नू बाय ट्रिक्स याद करन दी कोशिश करदे आ जिन्हां दी मोस्ट ऑफ स्टूडेंट्स नू प्रॉब्लम आंदी है उन्हां नू याद रखन दे विच। ट्रिक्स कादे लई हुंदियां ने कि ओह चीज़ां दे उत्ते दुबारा दुबारा रट्टा ना लगाना पवे ते बहुत ईजीली असीं उन्हां चीज़ां नू याद कर सकीए। तो सानू पता है कि साडा कॉन्स्टिट्यूशन की है, व्हाट्स लेंथीएस्ट कॉन्स्टिट्यूशन है, एड्डी वड्डी बुक है जिहनूं असीं ईजीली पढ़ नहीं सकते, ठीक है। बट उन्होंने कुछ चीज़ा ने जो सानू एग्जाम पॉइंट ऑफ व्यू के नाल याद रखनिया बहुत ज़्यादा जरूरी ने, तो उन्होंने असी वार वार रट्टे लगाने की बजाय असी की है उन्होंने बाय ट्रिक्स ही याद रख सकते हैं। फर्स्टली आप पार्ट्स बारे डिस्कस किया, सानू पता है कि साडा कॉन्स्टिट्यूशन बनिया कदों से, कॉन्स्टिट्यूशन जो साडा बनिया से एनैक्ट के आया से, साडा कॉन्स्टिट्यूशन कदों बनिया से अडॉप्ट असी किया से साडा कॉन्स्टिट्यूशन 26th ऑफ नवंबर 1949, आफ्टर दैट वो लागू कदों किया गया सी 26 जनवरी 1950। रीजन तुहानू पता ही है बिकॉज एडन की है इस स्टेट नू 1930 दे विच पूर्ण स्वराज की मांग की गई सी। सो साडे कॉन्स्टिट्यूशन इन्ना कुछ इन्ने वर्ड्स 145,000 आई थिंक सो वर्ड्स लिखे गए सी जिन्हां नू याद रखना इन्ना ईजी नहीं सी। सो साडे जो साडा कॉन्स्टिट्यूशन ਉਹਨੂੰ ਡਿਫਰੈਂਟ ਡਿਫਰੈਂਟ ਤੁਸੀਂ ਕਹਿ ਸਕਦੇ ਹੋ ਕਿ ਉਹਨਾਂ ਨੂੰ ਡਿਫਰੈਂਟ ਡਿਫਰੈਂਟ ਪਾਰਟਸ ਜਾਂ ਸ਼ਡਿਊਲਸ ਜਾਂ ਆਰਟੀਕਲਸ ਦੇ ਵਿੱਚ ਵੰਡਿਆ ਗਿਆ ਸੀ। ਸੋ ਜਦੋਂ ਸਾਡਾ ਇਨੀਸ਼ੀਅਲੀ ਜਦ ਸਾਡਾ ਕਨਸਟੀਟਿਊਸ਼ਨ ਬਣਿਆ ਸੀ ਉਸ ਟਾਈਮ ਸਾਡੇ ਦੇਖਿਆ ਜਾਵੇ ਤਾਂ ਉਸ ਟਾਈਮ ਸਾਡੇ ਆਰਟੀਕਲ ਸੀ 359 ਆਰਟੀਕਲ ਸੀ ਐਂਡ 22 ਪਾਰਟਸ ਸੀ ਐਂਡ 8 ਸ਼ਡਿਊਲਸ। ਆਫਟਰ ਦੈਟ ਇਹਦੇ ਵਿੱਚ ਅਮੈਂਡਮੈਂਟਸ ਹੁੰਦੀਆਂ ਗਈਆਂ 465, ਅੱਜ ਦੀ ਗੱਲ ਕਰੀਏ 465 ਸਾਡੇ ਆਰਟੀਕਲਸ ਨੇ, 24 ਸਾਡੇ ਪਾਰਟਸ ਨੇ, ਐਟ ਪ੍ਰੈਜੈਂਟ ਤਾਂ 25 ਹੋ ਚੁੱਕੇ ਨੇ, 25 ਸਾਡੇ ਪਾਰਟਸ ਨੇ ਅਤੇ ਸ਼ਡਿਊਲ ਕਿੰਨੇ ਨੇ 12 ਸ਼ਡਿਊਲਸ। ਸੋ ਸ਼ਡਿਊਲਸ ਹੁੰਦੇ ਗਏ, ਅੱਜ ਆਪਾਂ ਗੱਲ ਕਰਾਂਗੇ ਉਹਨਾਂ ਸ਼ਡਿਊਲਸ ਦੀ ਜੋ ਸਾਡੇ ਕੋਨਸਟੀਟਿਊਸ਼ਨ ਦੇ ਵਿੱਚ ਨੇ 12 ਸ਼ਡਿਊਲਸ। ਅੱਜ ਆਪਾਂ ਉਹਨਾਂ ਸ਼ਡਿਊਲਸ ਦੀ ਗੱਲ ਕਰਾਂਗੇ। ਸੋ ਸ਼ਡਿਊਲਸ ਫਸਟਲੀ ਕੀ ਨੇ, ਸ਼ਡਿਊਲਸ ਉਹ ਟੇਬਲਸ ਨੇ ਜਿਹਦੇ ਵਿੱਚ ਕੁਛ ਕੁ ਐਕਸਟਰਾ ਡਿਟੇਲਸ ਦਿੱਤੀਆਂ ਗਈਆਂ ਨੇ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਆਲਮੋਸਟ ਸਾਰੀਆਂ ਚੀਜ਼ਾਂ ਸਾਡੇ ਆਰਟੀਕਲਸ ਦੇ ਵਿੱਚ ਕਵਰ ਕਰ ਦਿੱਤੀਆਂ ਗਈਆਂ ਸੀ, ਬਟ ਉਹਦੇ ਵਿੱਚ ਬਹੁਤ ਸਾਰੇ ਵਰਡਸ ਹੋਣ ਕਰਕੇ ਕੁਛ ਕੁ ਡਿਟੇਲਸ ਨੂੰ ਅਸੀਂ ਕਿਹਦੇ ਵਿੱਚ ਕਵਰ ਕੀਤਾ ਹੈ, ਸਾਡੇ ਸ਼ਡਿਊਲਸ ਦੇ ਵਿੱਚ। ਸੋ ਸ਼ਡਿਊਲਸ ਦੇ ਵਿੱਚ ਕੁਛ ਐਕਸਟਰਾ ਡਿਟੇਲਸ ਦਿੱਤੀਆਂ ਗਈਆਂ ਨੇ ਜਿਹਨਾਂ ਨੂੰ ਅੱਜ ਆਪਾਂ ਡਿਸਕਸ ਕਰਾਂਗੇ। ਫਸਟਲੀ ਮੈਂ ਤੁਹਾਨੂੰ ਦੱਸਾਂਗੀ ਕਿ ਸ਼ਡਿਊਲਸ ਕਿਹੜੇ ਸ਼ਡਿਊਲ ਦੇ ਵਿੱਚ ਕੀ ਦਿੱਤਾ ਗਿਆ ਹੈ, ਫਸਟ ਸ਼ਡਿਊਲ, ਸੈਕਿੰਡ, ਥਰਡ, ਅਪ ਟੂ 12 ਸ਼ਡਿਊਲਸ। ਬਟ ਫਸਟਲੀ ਮੈਂ ਸ਼ਡਿਊਲਸ ਬਾਰੇ ਦੱਸਾਂਗੀ, ਉਸ ਤੋਂ ਬਾਅਦ ਤੁਹਾਨੂੰ ਟ੍ਰਿਕ ਦੱਸਾਂਗੀ, ਬਿਕੋਜ਼ ਸਾਨੂੰ ਪਤਾ ਹੈ ਕਿ ਜਦੋਂ ਛੋਟੇ ਹੁੰਦੇ ਸਾਨੂੰ ਟੀਚ ਕਰਦੇ ਨੇ ਤਾਂ ਕੰਪਲੈਕਸ ਟੂ ਸਿੰਪਲ ਵੇ ਵੱਲ ਲੈ ਕੇ ਜਾਂਦੇ ਨੇ, ਠੀਕ ਹੈ। ਇਹ ਪੈਰੋਲੋਜੀ ਦੀ ਇੱਕ ਜੋ ਟ੍ਰਿਕ ਹੈ ਜਿਸ ਨੂੰ ਯੂਜ਼ ਕੀਤਾ ਜਾਂਦਾ ਹੈ ਕਿ ਬੱਚੇ ਨੂੰ ਪਹਿਲਾਂ ਕੋਈ ਵੀ ਚੀਜ਼ ਡਿਫੀਕਲਟ ਮੈਨਰ ਦੇ ਵਿੱਚ ਪੜ੍ਹਾਈ ਜਾਂਦੀ ਹੈ, ਬਿਕੋਜ਼ ਅਗਰ ਆਸਾਨੀ ਦੀ ਜੋ ਅਗਰ ਅਸੀਂ ਪਹਿਲਾਂ ਡਿਫੀਕਲਟ ਮੈਨਰ ਦੇ ਵਿੱਚ ਦੱਸਿਆ ਜਾਵੇ ਤਾਂ ਈਜ਼ੀ ਵੇ ਨੂੰ ਆਪਟ ਕਰਨਾ ਉਹਨਾਂ ਲਈ ਹੋਰ ਵੀ ਜ਼ਿਆਦਾ ਈਜ਼ੀ ਹੋ ਜਾਂਦਾ, ਈਜ਼ੀ ਟ੍ਰਿਕ ਨੂੰ ਆਪਟ ਕਰਨਾ ਹੋਰ ਵੀ ਈਜ਼ੀ ਹੋ ਜਾਂਦਾ। ਪਹਿਲਾਂ ਅਸੀਂ ਡਿਫੀਕਲਟ ਚੀਜ਼ ਦੇਖਦੇ ਹਾਂ ਤਾਂ ਫਿਰ ਜੋ ਸਾਨੂੰ ਈਜ਼ੀ ਚੀਜ਼ ਆ ਬਹੁਤ ਜ਼ਿਆਦਾ ਈਜ਼ੀ ਲੱਗਦੀ। ਫਸਟਲੀ ਆਪਾਂ ਗੱਲ ਕਰਦੇ ਫਸਟ ਸ਼ਡਿਊਲ ਦੀ ਜਿਹਦੇ ਵਿੱਚ ਗੱਲ ਕੀਤੀ ਗਈ ਹੈ ਸਾਡੀ ਯੂਨੀਅਨ ਐਂਡ ਟੈਰੀਟਰੀ ਦੀ। ਸੈਕਿੰਡ ਗੱਲ ਕੀਤੀ ਗਈ ਹੈ, ਸੈਕਿੰਡ ਸ਼ਡਿਊਲ ਦੇ ਵਿੱਚ ਗੱਲ ਕੀਤੀ ਗਈ ਹੈ ਸਾਡੇ ਇਮੋਲੂਮੈਂਟ, ਸਾਡੀ ਸੈਲਰੀਜ਼ ਦੀ ਗੱਲ ਕੀਤੀ ਗਈ ਹੈ ਕਿ ਡਿਫਰੈਂਟ ਡਿਫਰੈਂਟ ਜੋ ਕਿਹੜੇ ਕਿਹੜੇ ਲੋਕਾਂ ਨੂੰ ਕੀ ਕੀ ਸੈਲਰੀਜ਼ ਅਤੇ ਕੀ ਇਮੋਲੂਮੈਂਟਸ ਦਿੰਦੀਆਂ ਨੇ। ਅਤੇ ਥਰਡ ਸ਼ਡਿਊਲ ਦੇ ਵਿੱਚ ਸਾਡੀ ਐਫੀਮੇਸ਼ਨ, ਓਥ, ਸਹੁੰ ਚੱਕਣ ਦੀ ਗੱਲ ਕੀਤੀ ਗਈ ਹੈ। ਫੋਰਥ ਸ਼ਡਿਊਲ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਰਾਜ ਸਭਾ, ਕਿ ਰਾਜ ਸਭਾ ਦੇ ਵਿੱਚ ਜੋ ਸੀਟਸ ਦੀ ਡਿਸਟ੍ਰੀਬਿਊਸ਼ਨ ਹੈ ਉਹ ਕਿਸ ਤਰੀਕੇ ਦੇ ਨਾਲ ਹੋਏਗੀ। ਫਿਫਥ ਸ਼ਡਿਊਲ ਦੀ ਗੱਲ ਕੀਤੀ ਗਈ ਹੈ ਤਾਂ ਸ਼ਡਿਊਲ ਏਰੀਆ ਦੀ ਗੱਲ ਕੀਤੀ ਗਈ ਹੈ, ਅਤੇ ਸਿਕਸਥ ਸ਼ਡਿਊਲ ਦੇ ਵਿੱਚ ਜੋ ਸ਼ਡਿਊਲ ਏਰੀਆ ਸੀ ਨਾਰਦਰਨ ਸਾਈਡ ਉਹਨਾਂ ਦੀ ਗੱਲ ਕੀਤੀ ਗਈ ਹੈ। ਸੈਵਨਥ ਸ਼ਡਿਊਲ ਦੀ ਗੱਲ ਕੀਤੀ ਜਾਵੇ ਤਾਂ ਉਹਦੇ ਵਿੱਚ ਸਾਡੇ ਫੈਡਰਲ ਸਟਰਕਚਰ ਦੀ ਗੱਲ ਕੀਤੀ ਗਈ ਹੈ। ਏਟਥ ਸ਼ਡਿਊਲ ਦੇ ਵਿੱਚ ਆਫੀਸ਼ੀਅਲ ਲੈਂਗੁਏਜਸ ਦੀ ਗੱਲ ਕੀਤੀ ਗਈ ਹੈ। ਜਿਵੇਂ ਸਾਨੂੰ ਪਤਾ ਹੈ ਕਿ 347 ਦੇ 348 ਜੋ ਸਾਡੇ ਆਰਟੀਕਲਸ ਨੇ ਜੋ ਆਫੀਸ਼ੀਅਲ ਲੈਂਗੁਏਜਸ ਦੀ ਗੱਲ ਕਰਦੇ ਨੇ, ਬਟ ਉਹ ਇਹ ਨਹੀਂ ਦੱਸਦੇ ਕਿ ਸਾਡੇ ਕੋਲ ਕਿਹੜੀਆਂ ਕਿਹੜੀਆਂ ਸਾਡੀਆਂ ਆਫੀਸ਼ੀਅਲ ਲੈਂਗੁਏਜਸ ਨੇ। ਸੋ ਉਹ ਐਕਸਟਰਾ ਡਿਟੇਲ ਕਿਹਦੇ ਵਿੱਚ ਰੱਖੀ ਗਈ ਹੈ, ਸਾਡੇ ਸ਼ਡਿਊਲਸ ਦੇ ਵਿੱਚ ਰੱਖੀ ਗਈ ਹੈ। 9th ਸ਼ਡਿਊਲ ਹੈ ਜੋ ਲੈਂਡ ਰਿਫੋਰਮ ਦੇ ਨਾਲ ਕਨੈਕਟਡ ਹੈ,
10th शेड्यूल है जो एंटी डिफेक्शन लॉ के नाल कनेक्टेड है ते सारा 11th शेड्यूल है जो पंचायत्स ते 12th जो म्युनिसिपैलिटीज के नाल रिलेटेड है। सो इन्हां चीजां नूं जदों असीं नॉर्मली याद रखने की कोशिश कर रहे हैं तो बहुत ज्यादा सानूं की है डिफिकल्टीज फेस करनियां पैंदियां है। सो उन्हां डिफिकल्टीज नूं असीं हटाउण दे लई इक ट्रिक याद रखनी है जो बहुत ज्यादा ईजी है। ट्रिक की होएगी साडी टीयर्स ऑफ ओल्ड पीएम। जो सा ओल्ड पीएम जिदा टाइम लंघ चुका है वह की है रो रहा है तो वो आप एक ट्रिक रखनी है कि टीयर्स ऑफ ओल्ड पीएम पुराने पीएम के हंजू। बस ये ट्रिक नू याद रखने से सारे के सारे शड्यूल्स तो टिप्स से हो जाएंगे। सो फर्स्ट कैपिटल जो फर्स्ट लैटर है वो की है टी टीयर्स ऑफ ओल्ड पीएम। फर्स्ट लैटर है जी सा टी जिद गल करिए तो वह गल करता से मैं तुम्हें दसिया कि फर्स्ट शड्यूल कि गल करता है यूनियन एंड टेरेटरीज की। सो टी कैपिटल किसनू जो अल्फाबैट है किसनों रिप्रजेंट करेगा टेरेटरी यूनियन एंड टेरेटरीज के याद रखना है फोकस कि रखना है टेरेटरीज से टी तो याद रखना है तुम्हें टेरेटरीज। सो नैक्सट है जी सा जो अल्फाबैट है वो ई है ठीक है। मैं तुम्हें दसिया कि जो सैकेंड शड्यूल है वो डील करता है सारे सैलरीज एंड इमोलूमेंट्स के नाल ठीक है। सो इमोलूमेंट्स जो वर्ड है वो याद रखना है ई फॉर इमोलूमेंट्स। सो सैकेंड शड्यूल सा गल करेगा सैलरीज एंड इमोलूमेंट्स। सो पता ही होना चाहिए है कि किन्ना किन्ना दी सैलरीज बारे गल की जाती है। साडे प्रेजिडेंट साडे प्रेजिडेंट तो बिना साडे गवर्नर वाइस प्रेजिडेंट साडे डिप्टी चेयरमैन साडे स्पीकर साडे डिप्टी स्पीकर हाई कोर्ट के जजिस ते साडे सुप्रीम कोर्ट के जजिस। सो इस तो इलावा साडे कैब कंट्रोलर ऑडिटर जनरल की गल की गई है सैलरी से। सो बैक टू आ जाते हैं नैक्सट साडा अल्फाबैट है जी ए। थानू पता है कि जो साडा थर्ड शड्यूल है वह कि डील करता है साड़ी ओथ के नाल साड़ी एफिमेशन के नाल किसी भी बंदे ने साड़ी सरकार के विच पैना है जब पब्लिक के लिए कोई काम करना है कोई पोस्ट हैंडल करनी है तो उस तो पहले उन्होंने की करना पैंदा है सहुं चुकनी पैंदी है ते उन्हां ओथ की उन्हां एफिमेशन की गल की गई है थर्ड शड्यूल की। सो जो थर्ड कैपिटल है वह वर्ड रिप्रजेंट करेगा एफिमेशन ठीक है जी। एफिमेशन एंड ओथ रिप्रजेंट कर रहे हैं थर्ड शड्यूल। सो आप फोर्थ शड्यूल से फर्स्टली आप देखेंगे फर्स्ट जो फोर्थ अल्फाबैट है टीएस का फोर्थ अल्फाबैट की होएगा आ ठीक है जी। आ जो फोर्थ शड्यूल है मैं तुम्हें तो दसिया कि राज्यसभा दिया जो सीट्स ने वो एलोकेट की जाती है डिफरेंट डिफरेंट स्टेट्स में। सो आर फॉर राज्यसभा ठीक है। राज्यसभा दी जो सीट्स ने वो एलोकेट की जाती ने डिफरेंट स्टेट्स में किनिया सीट्स केडिया स्टेट्स नू मिलनियां ये गल की गई है सारे फोर्थ शड्यूल। सो नैक्सट अल्फाबैट है जी सा एस। तुहानू पता है कि जो फिफ्थ सा शड्यूल है जो पंजवा शड्यूल है वह गल करता है शड्यूल एरिया से ठीक है जी। सो एस फॉर शड्यूल एरिया फिफ्थ है जो फिफ्थ सा शड्यूल है वह किनू रिप्रजेंट करता है शड्यूल एरिया। सो नैक्सट है जी अल्फाबैट सर ओ। सो जिहड़े एरिया साडे फिफ्थ शड्यूल दे विच नहीं कवर किए गए उन्होंने असी कवर किया गया है साडे सिक्स शड्यूल। सो कुछ तो एवं दे एरिया ने जो जो नॉर्दन एरिया से जो नॉर्थ ईस्ट वाले एरिया से उन्होंने फिफ्थ शड्यूल दे विच कवर ना करते हुए उन्होंने सिक्स शड्यूल दे विच कवर किया गया। फर्स्टली तुहानू पता होना चाहिए सो अदर एरिया इन्हू आप रिप्रजेंट कर सकते हैं अदर शड्यूल एरिया याद भी रखने ने केड़े केड़े ने असम है त्रिपुरा है मणिपुर है ते सदा मेघालय है। सो इसनों तो सॉरी याद रख सकते हो ए टी एम है ठीक है जी। केड़े केड़े ने असम है त्रिपुरा है मेघालय एंड मिजोरम ठीक है जी। ए टी एम एम करके इसनों याद कर सकते हो। सो अपन मूव कर दे सेवंथ लैटर दे उत्ते सेवंथ लैटर है जी सदा एफ। एफ सानू पता है कि जो सेवंथ शड्यूल है वह किहदे नाल डील करता है साडे फैडरल स्ट्रक्चर दे नाल कि साडे सेंटर एंड स्टेट दे विच जो पावर्स है वो किस तरीके दे नाल डिवाइड कीते गए। सो एफ फॉर की हो गया जी साडा फेडरल स्ट्रक्चर इहदे विच तीन लिस्ट दित्तियां होईयां ने केड़ियां केड़ियां यूनियन लिस्ट साडे स्टेट लिस्ट एंड कॉन्फ्रेंस लिस्ट। यूनियन लिस्ट दे विच ओ सब्जेक्ट्स हुंदे ने जिहदे उत्ते सेंटर साडी है जो लॉ बनांदी है स्टेट लिस्ट दे विच जिहदे उत्ते स्टेट लॉ बनांदी है
ਤੇ ਕੰਕਰੈਂਟ ਲਿਸਟ ਜਿਹਦੇ ਉੱਤੇ ਸੈਂਟਰ ਤੇ ਸਟੇਟ ਦੋਨੋਂ ਹੀ ਲਾਅ ਬਣਾ ਸਕਦੇ ਆ। ਸੋ ਆਪਾਂ ਨੈਕਸਟ ਲੈਟਰ ਦੇ ਉੱਤੇ ਮੂਵ ਕਰਦੇ ਆ, ਓਲਡ ਦਾ ਓ ਚੱਕਣਾ, ਠੀਕ ਹੈ। 8th ਸ਼ਡਿਊਲ ਹੈ, ਓ ਫੋਰ ਹੋ ਜਾਏਗਾ ਸਾਡਾ ਆਫੀਸ਼ੀਅਲ ਲੈਂਗੁਏਜਸ। ਤੇ ਸਭ ਨੂੰ ਪਤਾ ਹੋਏਗਾ ਕਿ ਸਾਡੀਆਂ ਕਿੰਨੀਆਂ ਆਫੀਸ਼ੀਅਲ ਲੈਂਗੁਏਜਸ ਹੈ, ਜਿਸ ਸਾਡੀਆਂ ਨੇ 22 ਆਫੀਸ਼ੀਅਲ ਲੈਂਗੁਏਜਸ। ਸੋ ਨੈਕਸਟ ਲੈਟਰ ਦੇ ਉੱਤੇ ਮੂਵ ਕਰਦੇ ਆ। ਸੋ 9th ਸ਼ਡਿਊਲ ਹੈ ਜੋ ਡੀਲ ਕਰਦਾ ਹੈ ਸਾਡਾ ਲੈਂਡ ਰਿਫੋਰਮਸ ਦੇ ਨਾਲ। ਸਭ ਨੂੰ ਪਤਾ ਹੋਏਗਾ ਕਿ ਫਸਟ ਅਮੈਂਡਮੈਂਟ ਹੋਈ ਸੀ ਸਾਡੀ 1951 ਦੇ। ਸੋ ਇਹਦੇ ਵਿੱਚ ਕੁਛ ਸਰਟਨ ਜੋ ਕਲਾਸਿਸ ਨੇ ਉਹ ਦਿੱਤੀਆਂ ਗਈਆਂ ਨੇ ਲੈਂਡ ਰਿਫੋਰਮਸ ਦੇ ਰਿਗਾਰਡਿੰਗ, ਜਿਹਦੀ ਗੱਲ ਕੀਤੀ ਗਈ ਹੈ 9th ਸ਼ਡਿਊਲ ਦੇ ਵਿੱਚ। ਸੋ ਨੈਕਸਟ ਲੈਟਰ ਦੇ ਉੱਤੇ ਮੂਵ ਕਰਦੇ ਹਾਂ ਡੀ, ਜੋ ਸਾਡਾ ਹੈ 10th ਸ਼ਡਿਊਲ। ਡੀ ਰਿਪ੍ਰੈਜੈਂਟ ਕਰਦਾ ਹੈ ਡਿਫੈਕਸ਼ਨ ਲਾਅ ਨੂੰ। ਸੋ ਉਹ ਵਾਲੀਆਂ ਉਹ ਵਾਲੇ ਕ੍ਰਾਈਟੀਰੀਆਸ ਦਿੱਤੇ ਗਏ ਨੇ ਜਿਨ੍ਹਾਂ ਦੇ ਉੱਤੇ ਡਿਫੈਕਸ਼ਨ ਦੇ ਬੇਸਿਸ ਦੇ ਉੱਤੇ ਡਿਸਕੁਆਲੀਫਿਕੇਸ਼ਨ ਮਿਲਦੀ ਹੈ। ਸੋ 10th ਸ਼ਡਿਊਲ ਹੈ ਜੋ ਐਂਟੀ ਡਿਫੈਕਸ਼ਨ ਜਾਂ ਡਿਫੈਕਸ਼ਨ ਲਾਅ ਨੂੰ ਰਿਪ੍ਰੈਜੈਂਟ ਕਰ ਰਿਹਾ ਹੈ, ਠੀਕ ਹੈ ਜੀ, ਜਿਸ ਜੋ ਸਾਡਾ ਐਡ ਕੀਤਾ ਗਿਆ ਸੀ 1985 ਦੇ ਵਿੱਚ, ਠੀਕ ਹੈ ਜੀ। ਸਾਡੀ 52nd ਅਮੈਂਡਮੈਂਟ ਹੋਈ ਸੀ ਤੇ 1985 ਦੇ ਵਿੱਚ ਇਸ ਸ਼ਡਿਊਲ ਨੂੰ ਇਨਸਰਟ ਕੀਤਾ ਗਿਆ ਸੀ ਸਾਡੇ ਕੰਸਟੀਟਿਊਸ਼ਨ ਦੇ ਵਿੱਚ। ਸੋ ਆਪਾਂ ਨੈਕਸਟ ਲੈਟਰ ਦੇ ਉੱਤੇ ਮੂਵ ਕਰਦੇ ਹਾਂ ਪੀ, ਪੀ ਫੋਰ ਜੀ ਪੰਚਾਇਤ। ਸੋ ਪੰਚਾਇਤ ਹੈ ਜੋ ਰਿਪ੍ਰੈਜੈਂਟ ਕੀਤੀ ਜਾ ਰਹੀ ਹੈ ਸਾਡੇ 10th ਸ਼ਡਿਊਲ 11th ਸ਼ਡਿਊਲ ਦੇ ਵਿੱਚ। ਬਹੁਤ ਇੰਪੋਰਟੈਂਟ ਹੈ ਐਗਜ਼ਾਮ ਪੁਆਇੰਟ ਆਫ ਵਿਊ ਦੇ ਨਾਲ। ਸੋ ਇਹ ਸ਼ਡਿਊਲ ਸਾਡਾ ਇਨਸਰਟ ਕੀਤਾ ਗਿਆ ਸੀ ਸਾਡੀ ਕੰਸਟੀਟਿਊਸ਼ਨ ਦੇ ਵਿੱਚ 73rd ਅਮੈਂਡਮੈਂਟ ਜੋ 1992 ਦੇ ਵਿੱਚ ਹੋਈ ਸੀ। ਸੋ ਉਸ ਤੋਂ ਬਾਅਦ ਸਭ ਨੂੰ ਪਤਾ ਹੈ ਕਿ ਪੰਚਾਇਤ ਤੋਂ ਬਾਅਦ ਮਿਊਨਸੀਪੈਲਿਟੀਜ਼ ਹੁੰਦੇ ਆ। ਲਾਸਟ ਲੈਟਰ ਹੈ ਜੀ ਸਾਡਾ ਐਮ, ਐਮ ਫੋਰ ਹੋ ਜਾਏਗਾ ਸਾਡਾ ਮਿਊਨਸੀਪੈਲਿਟੀਜ਼, ਠੀਕ ਹੈ ਜੀ, ਜਿਸ ਨੂੰ ਇਨਸਰਟ ਕੀਤਾ ਗਿਆ ਸਾਡੇ ਕੰਸਟੀਟਿਊਸ਼ਨ ਦੇ ਵਿੱਚ ਵਿਦ 74th ਅਮੈਂਡਮੈਂਟ 1992। ਸੋ ਬਹੁਤ ਈਜ਼ੀ ਵੇ ਦੇ ਨਾਲ ਆਪਾਂ ਸਾਰੇ ਦੇ ਸਾਰੇ ਸ਼ਡਿਊਲਸ ਨੇ ਜਿਨ੍ਹਾਂ ਨੂੰ ਯਾਦ ਕਰ ਲਿਆ। ਇੱਕ ਯਾਦ ਰੱਖਣਾ ਟੀਅਰਸ ਆਫ ਆਲ ਪੀਐਮ, ਦੈਟਸ ਇਟ। ਸੋ ਇਹਨਾਂ ਇੱਕ ਲਾਈਨ ਦੇ ਨਾਲ ਤੁਸੀਂ ਸਾਰੇ ਦੇ ਸਾਰੇ ਸ਼ਡਿਊਲਸ ਕੰਸਟੀਟਿਊਸ਼ਨਸ ਨੂੰ ਯਾਦ ਕਰ ਸਕਦੇ ਹੋ। ਸੋ ਥੈਂਕ ਯੂ ਸੋ ਮਚ।